ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਅਮਰਦੀਪ ਸਿੰਘ ਪੁਰੀ ਆ। ਅੱਜ ਉਹਨਾਂ ਪੁਰਾਣੇ ਟਾਈਮ ਦੀ ਗੱਲ, ਅੰਗਰੇਜ਼ਾਂ ਦੇ ਸਮੇਂ ਦੀ ਗੱਲ ਅਤੇ ਕੁਝ ਅਜੋਕੇ ਭਾਰਤ ਦੀ ਗੱਲਬਾਤ ਤੁਹਾਨੂੰ ਵਿਸਤਾਰ ਦੇ ਵਿੱਚ ਕੁਝ ਜਾਣਕਾਰੀ ਵੀ ਸਾਂਝੀ ਕਰਾਂਗੇ ਅਤੇ ਆਪਣੇ ਅਫਸਰਸ਼ਾਹੀ ਅਤੇ ਲੀਡਰਸ਼ਾਹੀ ਦੀ ਗੱਲਬਾਤ ਇੱਕ ਛੋਟੀ ਜਿਹੀ ਕਹਾਣੀ ਦੇ ਤੌਰ 'ਤੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਈਸਟ ਇੰਡੀਆ ਕੰਪਨੀ ਦੇ ਅੰਗਰੇਜ਼ ਅਧਿਕਾਰੀਆਂ ਬਾਰੇ ਬਹੁਤ ਸਾਰੇ ਦਿਲਚਸਪ ਕਿੱਸੇ ਪੜ੍ਹਨ ਨੂੰ ਮਿਲਦੇ ਹਨ। ਇਹਨਾਂ 'ਚੋਂ ਕਈ ਆਪਣੇ ਸਿੱਧਕ ਮਾਨ ਦੇ ਪੱਕੇ ਸਨ, ਪਰ ਬਹੁਤੇ ਪੈਸੇ ਦੀ ਚਕਾਚੌਂ 'ਚ ਇੰਨੇ ਕੁ ਅੰਨੇ ਹੋ ਗਏ ਸਨ ਕਿ ਉਹ ਗਰੀਬ ਦਾ ਪਸ਼ੂਆਂ ਦੀ ਤਰ੍ਹਾਂ ਸ਼ੋਸ਼ਣ ਕਰਦੇ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਸਿਵਲ ਸੇਵਾਵਾਂ ਦੇ ਗਏ ਬਹੁਤੇ ਅੰਗਰੇਜ਼ ਅਧਿਕਾਰੀਆਂ ਨੂੰ ਇੰਗਲੈਂਡ ਵਾਪਸ ਜਾਣ 'ਤੇ ਕੋਈ ਵੱਡਾ ਜ਼ਿੰਮੇਵਾਰੀ ਵਾਲਾ ਅਹੁਦਾ ਨਹੀਂ ਦਿੱਤਾ ਜਾਂਦਾ ਸੀ? ਤਰਕ ਇਹ ਸੀ ਕਿ ਉਹ ਇੱਕ ਗੁਲਾਮ ਮੁਲਕ ਦੇ ਰਾਜ ਕਰਕੇ ਆਏ ਹਨ, ਜਿਸ ਦੀ ਵਜ੍ਹਾ ਨਾਲ ਉਹਨਾਂ ਦੇ ਦ੍ਰਿਸ਼ਟੀਕੋਣ ਅਤੇ ਵਿਵਹਾਰ ਕਰਨ ਦੇ ਢੰਗ ਵਿੱਚ ਨਕਾਰਾਤਮਕ ਪਰਿਵਰਤਨ ਆ ਗਿਆ ਹੈ। ਅਜੇ ਜੇ ਉਹਨਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਮਿਲੀ ਤਾਂ ਉਹ ਇੱਥੇ ਆਪਣੇ ਲੋਕਾਂ ਨਾਲ ਵੀ ਉਹੀ ਵਿਵਹਾਰ ਕਰਨਗੇ। ਇਹ ਕਿੱਸਾ ਪੜ੍ਹ ਕੇ ਸ਼ਾਇਦ ਤੁਹਾਨੂੰ ਇਹ ਗੱਲ ਜ਼ਿਆਦਾ ਚੰਗੀ ਤਰ੍ਹਾਂ ਸਮਝ ਆਵੇਗੀ। ਇੱਕ ਅੰਗਰੇਜ਼ ਔਰਤ ਦਾ ਪਤੀ ਉਹਨਾਂ ਵੇਲਿਆਂ 'ਚ ਭਾਰਤ ਅਤੇ ਪਾਕਿਸਤਾਨ ਦੇ ਕੁਝ ਜ਼ਿਲ੍ਹਿਆਂ 'ਚ ਡਿਪਟੀ ਕਮਿਸ਼ਨਰ ਰਿਹਾ ਸੀ। ਇਸ ਔਰਤ ਨੇ ਆਪਣੀ ਜ਼ਿੰਦਗੀ ਦੀ ਕਈ ਸਾਲਾਂ ਭਾਰਤ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਬਿਤਾਏ। ਆਪਣੇ ਵਤਨ ਵਾਪਸ ਪਰਤਣ ਤੋਂ ਬਾਅਦ ਉਸਨੇ ਆਪਣੀਆਂ ਖੂਬਸੂਰਤ ਯਾਦਾਂ ਨੂੰ ਇੱਕ ਕਿਤਾਬ ਵਿੱਚ ਵੀ ਦਰਜ ਕੀਤਾ। ਇਹ ਔਰਤ ਲਿਖਦੀ ਹੈ ਕਿ ਮੇਰਾ ਪਤੀ ਕਿਸੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਸੀ। ਉਹਨਾਂ ਦਿਨਾਂ 'ਚ ਮੇਰੇ ਮੁੰਡੇ ਦੀ ਉਮਰ ਲਗਭਗ 4 ਸਾਲ ਅਤੇ ਧੀ ਦੀ ਉਮਰ 1 ਸਾਲ ਸੀ। ਉਹ DC ਸਾਹਿਬ ਨੂੰ ਮਿਲਣ ਵਾਲੀ ਇੱਕ ਏਕੜ ਦੀ ਜਿਹੜੀ ਹਵੇਲੀ ਆ ਉਹਦੇ ਵਿੱਚ ਰਹਿੰਦੇ ਸਨ। ਸੈਂਕੜੇ ਲੋਕ ਉਹਨਾਂ ਦੇ ਘਰ ਸੇਵਾ 'ਚ ਲੱਗੇ ਰਹਿੰਦੇ। ਹਰ ਰੋਜ਼ ਕੋਈ ਨਾ ਕੋਈ ਪਾਰਟੀ ਹੁੰਦੀ, ਵੱਡੇ ਵੱਡੇ ਜ਼ਿਮੀਂਦਾਰ ਸ਼ਿਕਾਰ ਕਰਨ ਦੀਆਂ ਪਾਰਟੀਆਂ 'ਚ ਉਹਨਾਂ ਨੂੰ ਸੱਦਾ ਦੇ ਕੇ ਮਾਣ ਮਹਿਸੂਸ ਕਰਦੇ ਅਤੇ ਇਸ 'ਤੇ ਵੀ ਘਰ ਪਾਰਟੀ 'ਤੇ ਜਾਂਦੇ। ਉਹ ਖੂਬ ਆਓ ਭਗਤ ਕਰਦੇ। ਸਾਡੇ ਸਾਹਮਣੇ ਉਹਨਾਂ ਦਾ ਸਭ ਕੁਝ ਹਾਜ਼ਰ ਹੁੰਦਾ ਸੀ। ਕਦੇ ਕਦੇ ਮੈਂ ਸੋਚਦੀ ਸਾਂ ਕਿ ਸ਼ਾਇਦ ਇਹੋ ਜਿਹਾ ਮਾਣ ਸਤਿਕਾਰ ਇੰਗਲੈਂਡ ਦੀ ਰਾਣੀ ਨੂੰ ਵੀ ਨਹੀਂ ਮਿਲਦਾ ਹੋਵੇਗਾ। ਜਦੋਂ ਕਿਤੇ ਸਾਡੇ ਪਰਿਵਾਰ ਨੇ ਰੇਲ ਗੱਡੀ ਰਾਹੀਂ ਯਾਤਰਾ ਕਰਨੀ ਹੁੰਦੀ ਤਾਂ ਇੱਕ ਵੱਖਰਾ ਡੱਬਾ ਸ਼ਾਹੀ ਠਾਠ ਬਾਠ ਨਾਲ ਤਿਆਰ ਕੀਤਾ ਜਾਂਦਾ। ਜਦੋਂ ਪਰਿਵਾਰ ਰੇਲ ਗੱਡੀ 'ਤੇ ਚੜ੍ਹ ਜਾਂਦਾ ਤਾਂ ਚਿੱਟੇ ਕੱਪੜਿਆਂ ਵਾਲਾ ਡਰਾਈਵਰ ਦੋਨੇ ਹੱਥ ਬੰਨ੍ਹ ਕੇ ਸਾਡੇ ਸਾਹਮਣੇ ਖੜ੍ਹਾ ਹੋ ਜਾਂਦਾ ਅਤੇ ਰੇਲ ਗੱਡੀ ਚਲਾਉਣ ਦੀ ਆਗਿਆ ਮੰਗਦਾ। ਸਾਡੀ ਆਗਿਆ ਮਿਲਣ ਤੋਂ ਬਾਅਦ ਹੀ ਗੱਡੀ ਤੁਰ ਗਈ। ਇਸੇ ਤਰ੍ਹਾਂ ਇੱਕ ਵਾਰੀ ਉਹ ਕਿਧਰੇ ਜਾ ਰਹੇ ਸਨ, ਜਦੋਂ ਰੇਲ ਗੱਡੀ 'ਚ ਬੈਠ ਗਏ ਤਾਂ ਡਰਾਈਵਰ ਆਇਆ ਅਤੇ ਸਾਡੀ ਇਜਾਜ਼ਤ ਮੰਗੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲ ਪਾਉਣੀ, ਮੇਰਾ ਬੇਟਾ ਜਿਸਦਾ ਕਿ ਮੂਡ ਕਿਸੇ ਗੱਲੋਂ ਖਰਾਬ ਸੀ, ਸਿਰ ਹਿਲਾ ਕੇ ਕਿਹਾ ਨੋ। ਡਰਾਈਵਰ ਨੇ ਹੱਸਦੇ ਹੋਏ ਸਿਰ ਹਿਲਾ ਕੇ ਕਿਹਾ ਜੋ ਹੁਕਮ ਛੋਟੀ ਸਰਕਾਰ। ਕੁਝ ਦਿਨ ਬਾਅਦ ਸਟੇਸ਼ਨ ਮਾਸਟਰ ਸਮੇਤ ਸਾਰਾ ਸਟਾਫ ਸਾਡੇ ਡੱਬੇ 'ਚ ਆ ਗਿਆ ਅਤੇ ਮੇਰੇ 4 ਸਾਲ ਦੇ ਪੁੱਤ ਤੋਂ ਰੇਲ ਗੱਡੀ ਚਲਾਉਣ ਦੀ ਭੀਖ ਮੰਗਣ ਲੱਗ ਪਿਆ। ਬੇਟਾ ਮੇਰਾ ਇੰਨਾ ਢੀਠ ਕਿ ਵਾਰ ਵਾਰ ਨਾ ਸਿਰ ਹਿਲਾਈ ਜਾਵੇ। ਸਾਰੀ ਗੱਡੀ ਦੇ ਯਾਤਰੀਆਂ ਨੂੰ ਹੁੰਦੀ ਪਰੇਸ਼ਾਨੀ ਦੇਖ ਕੇ ਮੈਨੂੰ ਸ਼ਰਮ ਆਵੇ। ਆਖਿਰਕਾਰ ਮੈਂ ਕੋਈ ਚਾਕਲੇਟ ਦੇਣ ਦਾ ਬਹਾਨਾ ਬਣਾ ਕੇ ਉਸ ਤੋਂ ਹਾਂ ਕਰਵਾਈ। ਕੁਝ ਮਹੀਨੇ ਬਾਅਦ ਉਹ ਔਰਤ ਆਪਣੇ ਦੋਸਤ ਰਿਸ਼ਤੇਦਾਰਾਂ ਨੂੰ ਮਿਲਣ ਇੰਗਲੈਂਡ ਗਈ। ਉਹ ਜਹਾਜ਼ ਰਾਹੀਂ ਲੰਡਨ ਪਹੁੰਚੇ। ਉਹਨਾਂ ਦੀ ਰਿਹਾਇਸ਼ ਸ਼ਹਿਰ ਦੇ ਵਿੱਚ ਹੋਣ ਕਰਕੇ ਰੇਲ ਗੱਡੀ ਰਾਹੀਂ ਉਹਨਾਂ ਨੂੰ ਜਾਣਾ ਪਿਆ। ਜਵਾਕਾਂ ਨੂੰ ਬੈਂਚ 'ਤੇ ਬਿਠਾ ਕੇ ਆਪ ਟਿਕਟ ਲੈਣ ਚਲੀ ਗਈ। ਟਿਕਟ ਕਾਊਂਟਰ 'ਤੇ ਲੰਬੀ ਕਤਾਰ ਹੋਣ ਕਾਰਨ ਕਾਫੀ ਲੇਟ ਹੋ ਗਈ। ਇਸ ਕਾਰਨ ਇਸਦਾ ਉਹੀ ਪੁੱਤਰ ਕਾਫੀ ਖਿੱਚ ਗਿਆ। ਜਦੋਂ ਗੱਡੀ 'ਚ ਚੜ੍ਹੇ ਤਾਂ ਆਲੀਸ਼ਾਨ ਅੱਡ ਡਿਪਾਰਟਮੈਂਟ ਹੋਣ ਦੀ ਬਜਾਏ ਉਹਨਾਂ ਨੂੰ ਇੱਕ ਸਧਾਰਨ ਫਸਟ ਕਲਾਸ ਦੇ ਵਿੱਚ ਸੀਟਾਂ ਮਿਲੀਆਂ। ਇਹ ਦੇਖ ਕੇ ਉਹਨਾਂ ਨੂੰ ਹੋਰ ਗੁੱਸਾ ਆ ਗਿਆ। ਗੱਡੀ ਆਪਣੇ ਸਮੇਂ ਮੁਤਾਬਕ ਚੱਲੀ ਤਾਂ ਉਹਨਾਂ ਦੇ ਪੁੱਤਰ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਕਿਹੋ ਜਿਹਾ ਉੱਲੂ ਦਾ ਪੱਠਾ ਡਰਾਈਵਰ ਹੈ ਜਿਸਨੇ ਸਾਡੀ ਮਨਜ਼ੂਰੀ ਤੋਂ ਬਗੈਰ ਗੱਡੀ ਚਲਾ ਦਿੱਤੀ। ਆਪਣੇ ਪਿਓ ਨੂੰ ਕਹਿ ਕੇ ਇਸ 'ਤੇ ਜੁੱਤੀਆਂ ਲਵਾਵੇਗਾ। ਔਰਤ ਨੂੰ ਆਪਣੇ ਪੁੱਤਰ ਨੂੰ ਇਹ ਸਮਝਾਉਣਾ ਮੁਸ਼ਕਲ ਹੋ ਰਿਹਾ ਸੀ ਕਿ ਇਹ ਉਹਦੇ ਪਿਓ ਦਾ ਜ਼ਿਲ੍ਹਾ ਨਹੀਂ, ਜਿੱਥੇ ਉਸਦੀ ਮਰਜ਼ੀ ਬਿਨਾਂ ਪੱਤਾ ਵੀ ਨਹੀਂ ਹਿਲਦਾ। ਇਹ ਇੰਗਲੈਂਡ ਹੈ ਜਿੱਥੇ DC ਜਾਂ ਵਰਗੇ ਜਾਂ ਤੀਜੇ ਦਰਜੇ ਦੇ ਅਫਸਰ ਤਾਂ ਇੱਥੇ ਕੀ ਪ੍ਰਧਾਨ ਮੰਤਰੀ ਮਹਾਰਾਣੀ ਵੀ ਆਪਣੇ ਹੰਕਾਰ ਨੂੰ ਪੁੱਠੇ ਪਾਉਣ ਲਈ ਕਿਸੇ ਨੂੰ ਬੇਇੱਜ਼ਤ ਨਹੀਂ ਕਰ ਸਕਦੇ। ਅੱਜ ਅੰਗਰੇਜ਼ਾਂ ਨੂੰ ਦੇਸ਼ 'ਚੋਂ ਬਾਹਰ ਕੱਢੇ ਭਾਵੇਂ 70-75 ਸਾਲ ਹੋ ਗਏ ਹਨ,
पर उन्हां द्वारा दित्ती गुलामी असी अज भी अपने जहन चो बाहर नहीं कढ सके। अज भी साडे मंत्री संतरी डीसी जां दो टके दे लीडर उन्हां दे सलाहकार अपने हंकार नूं संतुष्ट करन लई आम गरीब लोकां नूं सारा सारा दिन सड़कां जां अपने दफ्तरां दे बाहर खड़े रखदे हन। साडी अफसरशाही कानूनां नालों ज़्यादा राजनीति लोकां दे इशारियां ते काम करदी है। कहण नूं जिन्नियां मर्जी गलताबी गल्लां करी जाइए पर 15 अगस्त विच मिली फोकी आज़ादी का नारा एक आम भारतीय इंसान लिए महज एक धोखे तो सिवा कुछ नहीं। सो आस है कि तुहानूं वीडियो चंगी लगी होगी। चंगी लगी तो शेयर जरूर करो। मिलते हाँ अगली वीडियो।